ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਮੋਹ ਦੇ ਪਾਣੀ ਵਿੱਚ। ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਬਾਰੇ ਲਿਖਿਆ ਸ਼ਬਦ ਚਿੱਤਰ, ਬਾਤਾਂ ਬਿੰਦਰ ਕੁੜੀ ਦੀਆਂ। ਮੈਡਮ ਯਾਨੀ ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਨਾਲ ਮੇਰੇ ਸੰਬੰਧ ਹਿੰਦੀ ਫਿਲਮਾਂ ਵਾਂਗ ਤਕਰਾਰ ਤੋਂ ਪਿਆਰ ਵਿੱਚ ਬਦਲੇ ਹਨ। ਮੈਂ ਵੱਡੇ ਸ਼ਹਿਰ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ, ਕਹਿਣ ਨੂੰ ਸ਼ਹਿਰ ਪਰ ਅਸਲ ਵਿੱਚ ਪੇਂਡੂ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਨਵਾਂ ਨਵਾਂ ਐਮਫਿਲ ਕਰਨ ਆਇਆ ਸੀ। ਖੱਬੇ ਪੱਖੀ ਵਿਦਿਆਰਥੀ ਲਹਿਰ ਰਾਹੀਂ ਸਿਆਸਤ ਦਾ ਊੜਾ ਆੜਾ ਜਾਣ ਕੇ ਸਾਰੀ 35 ਜਾਣਨ ਦਾ ਭਰਮ ਪਾਲਣ ਵਾਲਾ ਸੀ। ਭਲਾਵੇਂ ਅੱਖਰਾਂ ਵਾਲੀ ਅਕਾਦਮਿਕ ਸਿਆਸਤ ਤੋਂ ਉੱਕਾਹੀਣ ਜਾਣ ਸੀ। ਇੱਕ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਪੋਸਟ ਗ੍ਰੈਜੂਏਟ ਕਰਨ ਵਾਲੀ ਐਮਫਿਲ ਦੀ ਨਵੀਂ ਨਵੀਂ ਬਣੀ ਸਹਿਪਾਠਣ ਮੇਰੇ ਕੋਲ ਆਈ। ਉਸਨੇ ਆਖਿਆ ਕਿ ਆਪਣਾ ਕੰਪੈਰੇਟਿਵ ਲਿਟਰੇਚਰ ਦਾ ਪੀਰੀਅਡ ਨਹੀਂ ਲੱਗਣ ਲੱਗਾ, ਇਸ ਸੰਬੰਧੀ ਆਪਾਂ ਮੁਖੀ ਨੂੰ ਬੇਨਤੀ ਕਰਨੀ ਹੈ, ਪੀਰੀਅਡ ਦਾ ਕੋਈ ਪ੍ਰਬੰਧ ਕਰਨ। ਮੈਂ ਝਟਪਟ ਦਸਤਖਤ ਕਰ ਦਿੱਤੇ। ਪਿੱਛੋਂ ਪਤਾ ਲੱਗਾ ਕਿ ਪੱਛਮੀ ਯੂਨੀਵਰਸਿਟੀਆਂ ਦੀ ਦੇਖਾ ਦੇਖੀ ਭਾਰਤੀ ਯੂਨੀਵਰਸਿਟੀਆਂ ਵਿੱਚ ਵੀ ਪੁਰਾਣੀ ਬਸਤੀਵਾਦੀ ਅਕਾਦਮਿਕਤਾ ਦੀ ਰਹਿੰਦ ਖੂੰਹਦ ਕੰਪੈਰੇਟਿਵ ਲਿਟਰੇਚਰ ਦਾ ਸੰਕਲਪ ਨਵੇਂ ਫੈਸ਼ਨ ਵਜੋਂ ਦਾਖਲ ਹੋ ਚੁੱਕਾ ਸੀ। ਇਸ ਨਵੇਂ ਅਨੁਸ਼ਾਸਨ ਬਾਰੇ ਅੰਗਰੇਜ਼ੀ ਵਿਭਾਗ ਦੇ ਡਾਕਟਰ ਗੁਰਭਗਤ ਸਿੰਘ ਅਤੇ ਪੰਜਾਬੀ ਦੇ ਡਾਕਟਰ ਰਵਿੰਦਰ ਸਿੰਘ ਰਵੀ ਤੋਂ ਬਗੈਰ ਬਾਕੀ ਕੁਝ ਨਹੀਂ ਸੀ ਜਾਣਦੇ, ਅਤੇ ਉਸ ਸਮੇਂ ਇਸ ਦੀ ਪੰਜਾਬੀ ਅਤੇ ਹਿੰਦੀ ਵਿੱਚ ਕੋਈ ਪੁਸਤਕ ਵੀ ਨਹੀਂ ਸੀ ਮਿਲਦੀ। ਇੱਕ ਸਿਆਸਤ ਅਧੀਨ ਤਤਕਾਲੀ ਮੁਖੀ ਅਤੇ ਉਸ ਦੇ ਸਾਥੀਆਂ ਨੇ ਨਾ ਕੇਵਲ ਇਹ ਪੇਪਰ ਬਣਾਇਆ ਲਗਾਇਆ ਸੀ, ਸਗੋਂ ਮੈਡਮ ਬਲਵਿੰਦਰ ਕੌਰ ਬਰਾੜ ਨੂੰ ਜੂਨੀਅਰ ਅਧਿਆਪਕ ਹੁੰਦਿਆਂ ਠੇਠ ਕਰਨ ਹਿੱਤ ਇਹ ਪੇਪਰ ਦੇ ਦਿੱਤਾ। ਸਾਡੀ ਬੇਨਤੀ ਪੱਤਰ ਨੂੰ ਮੁਖੀ ਨੇ ਖੂਬ ਮਿਰਚ ਮਸਾਲੇ ਲਗਾ ਕੇ ਸ਼ਿਕਾਇਤੀ ਪੱਤਰ ਬਣਾ ਕੇ ਵਾਈਸ ਚਾਂਸਲਰ ਕੋਲ ਪਹੁੰਚਾ ਦਿੱਤਾ। ਖੈਰ ਉੱਥੇ ਕੁਝ ਨਾ ਹੋਇਆ, ਕਿਉਂਕਿ ਤਤਕਾਲੀ ਵਾਈਸ ਚਾਂਸਲਰ ਭਗਤ ਸਿੰਘ ਨਾ ਕੇਵਲ ਮੈਡਮ ਬਲਵਿੰਦਰ ਕੌਰ ਬਰਾੜ ਦੇ ਪੇਕੇ ਪਿੰਡ ਮੋਰਾਂ ਵਾਲੀ ਦਾ ਸੀ, ਸਗੋਂ ਚਾਚਾ ਵੀ ਲੱਗਦਾ ਸੀ। ਦੂਜੇ ਚੌਥੇ ਦਿਨ ਮੈਨੂੰ ਕੁੜੀਆਂ ਦੇ ਹੋਸਟਲ ਤੋਂ ਉਸ ਸਮੇਂ ਦੇ ਪ੍ਰਚਲਿਤ ਅੰਦਰੂਨੀ ਇੰਟਰਕਾਮ ਲੈਂਡਲਾਈਨ ਤੋਂ ਫੋਨ ਆਇਆ ਕਿ ਅਸੀਂ ਕੁੜੀਆਂ ਤਾਂ ਮੈਡਮ ਤੋਂ ਮਾਫ਼ੀ ਮੰਗ ਆਈਆਂ, ਤੂੰ ਵੀ ਮਾਫ਼ੀ ਮੰਗ ਆ। ਮੈਂ ਆਪਣੇ ਸੁਭਾਅ ਅਨੁਸਾਰ ਤਿੜਕ ਗਿਆ, ਪਹਿਲਾਂ ਪੱਤਰ ਲਿਖਿਆ ਹੀ ਕਿਉਂ ਸੀ, ਹੁਣ ਮਾਫ਼ੀ ਦੀ ਕੀ ਲੋੜ ਹੈ, ਆਖਰ ਪੀਰੀਅਡ ਤਾਂ ਨਹੀਂ ਲੱਗਦਾ ਸੀ ਨਾ, ਇਹ ਤਾਂ ਥੋਕੇ ਚੱਟਣਾ ਹੈ। ਉਹ ਸਹਿਪਾਠਣਾ ਸਫਾਈ ਦੇਣ ਲੱਗੀਆਂ ਕਿ ਉਹ ਕਿਸੇ ਦੇ ਝਾਂਸੇ ਵਿੱਚ ਆ ਗਈਆਂ ਸਨ। ਹੁਣ ਆਪਣੀ ਕਲਾਸ ਦੇ ਮੁੰਡੇ ਵੀ ਮੈਡਮ ਪਾਸ ਜਾ ਆਏ ਹਨ, ਅਸੀਂ ਕੁੜੀਆਂ ਤਾਂ ਬਾਅਦ ਵਿੱਚ ਗਈਆਂ ਹਾਂ, ਸੋ ਤੂੰ ਵੀ ਜਾ। ਖੈਰ ਮੈਂ ਨਾ ਗਿਆ ਅਤੇ ਨਾ ਹੀ ਮਾਫ਼ੀ ਮੰਗੀ, ਅਤੇ ਨਾ ਹੀ ਮੈਡਮ ਨੇ ਕਦੇ ਕਲਾਸ ਪੜ੍ਹਾਈ। ਅਸੀਂ ਇੱਧਰੋਂ ਉੱਧਰੋਂ ਰੇਮੰਡ ਵਿਲੀਅਮਸ ਦੀ ਡਿਸਕ੍ਰਿਮੀਨੇਸ਼ਨ ਵਿੱਚੋਂ ਲੇਖ ਅਨੁਵਾਦ ਕਰਕੇ ਕੱਚੇ ਪੱਕੇ ਨੋਟਸ ਬਣਾ ਲਏ। ਇਹ ਤਾਂ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਮੈਡਮ ਖੁਦ ਗੁਰਭਗਤ ਸਿੰਘ ਕੋਲ ਗਏ ਸਨ ਕਿ ਤੁਸੀਂ ਇਹ ਪੇਪਰ ਪੜ੍ਹਾ ਦਿਓ, ਮੈਂ ਵਿਦਿਆਰਥੀ ਬਣ ਕੇ ਸੁਣ ਲਵਾਂਗੀ। ਪਰ ਉਹਨਾਂ ਨੇ ਆਖਿਆ ਕਿ ਪਹਿਲਾਂ ਵਿਭਾਗ ਵੱਲੋਂ ਲਿਖਤੀ ਬੇਨਤੀ ਆਵੇ। ਰਵਿੰਦਰ ਸਿੰਘ ਰਵੀ ਨੂੰ ਆਖਿਆ ਤਾਂ ਉਹਨਾਂ ਕਿਹਾ ਕਿ ਉਹ ਅਜੇ ਛੁੱਟੀ 'ਤੇ ਹਨ, ਸੋ ਤਕਨੀਕੀ ਤੌਰ 'ਤੇ ਉਹ ਪੜ੍ਹਾ ਨਹੀਂ ਸਕਦੇ। ਦਾਸ ਯੂਨੀਵਰਸਿਟੀ ਦੀ ਅਕਾਦਮਿਕ ਸਿਆਸਤ ਤੋਂ ਅਣਜਾਣ ਸੀ, ਪਰ ਉੱਲੂ ਨਹੀਂ ਸੀ। ਕੁਝ ਦੇਰ ਬਾਅਦ ਸਭ ਸਮਝ ਆ ਗਿਆ ਕਿ ਇਹ ਤਾਂ ਕੁਝ ਅਧਿਆਪਕਾਂ ਦੀ ਗੁਰਬਾਣੀ ਅਤੇ ਲੋਕਧਾਰਾ ਦੀ ਵਿਸ਼ੇਸ਼ਕਤਾ ਵਾਲੀ ਮੈਡਮ ਬਲਵਿੰਦਰ ਕੌਰ ਬਰਾੜ ਨੂੰ ਨਵਾਂ ਯੂਰਪੀ ਸਿਧਾਂਤਾਂ ਦਾ ਪੇਪਰ ਦੇ ਕੇ ਵਿਦਿਆਰਥੀਆਂ ਦੀ ਨਜ਼ਰਾਂ ਵਿੱਚ ਡੇਗਣ ਦੀ ਚਾਲ ਸੀ। ਸ਼ਿਕਾਇਤੀ ਪੱਤਰ ਲਿਖਣ ਵਾਲੇ ਵਿਦਿਆਰਥੀ ਤਾਂ ਅਕਾਦਮਿਕ ਸਿਆਸਤ ਦੀ ਸ਼ਤਰੰਜ ਦੇ ਮੋਹਰੇ ਸਨ, ਜਿਨ੍ਹਾਂ ਨੇ ਪਿਆਦਿਆਂ ਵਾਂਗ
ਰਾਜੇ ਵਜ਼ੀਰਾਂ ਦੀ ਖੇਡ ਵਿੱਚ ਮਰਨਾ ਹੀ ਹੁੰਦਾ ਹੈ ਜਾਂ ਘੋੜੇ ਵਾਂਗ ਢਾਈ ਘਰ ਟੱਪ ਕੇ ਆਪਣਾ ਬਚਾਅ ਕਰਨਾ ਹੁੰਦਾ ਹੈ। ਖੈਰ ਕੁਝ ਦੇਰ ਬਾਅਦ ਮੈਂ ਵੀ ਉਸੇ ਸਿਆਸਤ ਦਾ ਸ਼ਿਕਾਰ ਹੋਇਆ। MA MPhil ਤੋਂ ਇਲਾਵਾ UGC ਦੇ ਪਹਿਲੇ ਬੈਚ ਦਾ JRF ਨੈਟ ਟੈਸਟ ਪਾਸ ਹੁੰਦਿਆਂ ਵੀ ਫੈਲੋਸ਼ਿਪ ਲਈ ਤਤਕਾਲੀ ਮੁਖੀ ਦੀ ਖੋਤੇ ਵਾਲੀ ਅੜੀ ਕਾਰਨ ਵਾਰ ਵਾਰ ਰਿਜੈਕਟ ਕੀਤਾ ਜਾਣ ਲੱਗਾ ਤਾਂ ਮੈਡਮ ਮੇਰੇ ਨਾਲ ਚਟਾਨ ਵਾਂਗ ਖੜ ਗਏ। ਇਹ ਬਾਅਦ ਵਿੱਚ ਦੱਸਾਂਗਾ ਕਿ ਮੇਰੀ ਮੈਡਮ ਨਾਲ ਨੇੜਤਾ ਕਿਸੇ ਹੋਰ ਨੇ ਨਹੀਂ, ਮੇਰੀ ਘਰ ਵਾਲੀ ਚਰਨਜੀਤ ਕੌਰ ਨੇ ਹੀ ਕਰਵਾਈ ਸੀ। ਪੰਜਾਬੀ ਵਿਭਾਗ ਵਿੱਚ ਮੈਡਮ ਦਲੀਪ ਕੌਰ ਟਵਾਣਾ, ਡਾਕਟਰ ਨਾਰ ਸਿੰਘ, ਬਲਵਿੰਦਰ ਕੌਰ ਬਰਾੜ ਦਾ ਇੱਕ ਗਰੁੱਪ ਸੀ, ਡਾਕਟਰ ਗੁਰਚਰਨ ਸਿੰਘ ਅਰਸ਼ੀ, ਡਾਕਟਰ ਰਵਿੰਦਰ ਰਵੀ ਅਤੇ ਪ੍ਰੇਮ ਪ੍ਰਕਾਸ਼ ਦਾ ਇੱਕ ਗਰੁੱਪ ਸੀ, ਬਾਕੀ ਸਭ ਵਿੱਚ ਵਿਚਾਲੇ ਸਨ। ਮੇਰੇ MPhil ਦੇ ਨਿਗਰਾਨ ਡਾਕਟਰ ਨਾਰ ਸਿੰਘ ਨੇ ਮੈਨੂੰ ਬਲਵਿੰਦਰ ਕੌਰ ਬਰਾੜ ਦੇ ਘਰ ਜਾ ਕੇ ਮਿਲਣ ਲਈ ਹੁਕਮ ਕੀਤਾ। ਮੈਂ ਝਾਕਾ ਮੰਨ ਰਿਹਾ ਸੀ। ਮੈਂ ਘਰ ਆ ਕੇ ਚਰਨਜੀਤ ਨਾਲ ਮੁਸ਼ਕਲ ਸਾਂਝੀ ਕੀਤੀ ਤਾਂ ਅਸੀਂ ਦੋਵੇਂ ਮੈਡਮ ਨਾਲ ਗੱਲ ਕਰਨ ਲਈ ਮੈਡਮ ਦੇ ਘਰ ਚਲੇ ਗਏ। ਮੈਡਮ ਅੱਗੋਂ ਮੂੰਹ ਫੱਟ ਤੇ ਝੱਟ ਮੂੰਹ ਤੇ ਮਾਰਨ ਵਾਲੇ ਚਰਨਜੀਤ ਨੂੰ ਆਖਣ ਲੱਗੇ, ਇਹਨੇ ਤਾਂ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਸੀ ਤੇ ਅੱਜ ਤੱਕ ਮਾਫੀ ਮੰਗਣ ਨਹੀਂ ਆਇਆ, ਕੀ ਤੈਨੂੰ ਪਤਾ ਇਹ ਮੇਰੇ ਨਾਲ ਬੋਲਦਾ ਨਹੀਂ? ਚਰਨਜੀਤ ਕਹਿੰਦੀ, ਹਾਂਜੀ ਮੈਡਮ ਅਸੀਂ ਚਾਹ ਪੀਣ ਆਏ ਹਾਂ। ਚਾਹ ਪੀਂਦੇ ਹੋਏ ਮੈਡਮ ਆਪ ਹੀ ਕਹਿੰਦੇ, ਵੈਸੇ ਇੱਕ ਗੱਲ ਮੈਨੂੰ ਚੰਗੀ ਲੱਗੀ, ਇਹਨੇ ਦੂਜਿਆਂ ਵਾਂਗ ਮਾਫੀ ਨਹੀਂ ਮੰਗੀ, ਸਟੈਂਡ ਰੱਖਿਆ। ਹੁਣ ਤੂੰ ਆ ਗਈ ਹੈ, ਮੈਂ ਜਾਵਾਂਗੀ ਮੈਡਮ ਟਵਾਣਾ ਨੂੰ ਲੈ ਕੇ ਚਾਚਾ ਜੀ ਪਾਸ। ਲਓ ਜੀ ਮੈਡਮ ਮਿੰਟਾਂ 'ਚ ਹੀ ਸਾਡੇ ਨਾਲ ਘਿਓ ਖਿਚੜੀ ਹੋ ਗਏ। ਫਿਰ ਮੈਡਮ ਅਤੇ ਡਾਕਟਰ ਨਾਰ ਸਿੰਘ ਸਮੇਤ ਮੈਡਮ ਟਵਾਣਾ ਮੈਨੂੰ VC ਪਾਸ ਲੈ ਗਏ। ਸਾਰੀ ਕਲਾਸ ਮਾਫੀ ਮੰਗ ਗਈ। ਹੁਣ ਮੈਂ ਮਾਫੀ ਤਾਂ ਕੀ ਮੰਗਣੀ ਸੀ, ਪਰ ਚੁੱਪ ਚਾਪ ਬੈਠਾ ਰਿਹਾ। ਮੈਡਮ ਆਪੇ ਹੀ ਕਹਿੰਦੇ, ਹੁਣ ਡੁੰਨਵੱਟਾ ਜਿਹਾ ਬਣ ਕੇ ਬੈਠਾ, ਚੱਲ ਚੱਲੀਏ, ਫਿਰ ਚਾਚਾ ਜੀ ਦਫ਼ਤਰ ਆ ਜਾਣਗੇ। ਅਸੀਂ ਤਿੰਨੇ ਵਾਈਸ ਚਾਂਸਲਰ ਦੀ ਕੋਠੀ ਚਲੇ ਗਏ। ਅਗਲੇ ਦਿਨ ਹੀ ਮੇਰੀ ਰਿਸਰਚ ਸਕਾਲਰ ਵਜੋਂ ਪੱਤਰ ਵਿਹਾਰ ਸਿੱਖਿਆ ਵਿਭਾਗ ਵਿੱਚ ਹਾਜ਼ਰੀ ਪੈਣ ਲੱਗੀ। ਅਸਲ ਵਿੱਚ ਮੈਡਮ ਨਾਲ ਮੇਰੀ ਘਰ ਵਾਲੀ ਡਾਕਟਰ ਚਰਨਜੀਤ ਕੌਰ ਦੀ ਆੜੀ ਪੈਣ ਦੀ ਵੀ ਅਜੀਬ ਦਾਸਤਾਨ ਹੈ। ਚਰਨਜੀਤ ਯੂਨੀਵਰਸਿਟੀ ਦੇ ਦਫ਼ਤਰ ਵਿੱਚ ਕੰਮ ਕਰਦੀ ਸੀ। ਉਸਨੇ ਆਖਣਾ ਕਿ ਪੰਜਾਬੀ ਵਿਭਾਗ ਵਿੱਚ ਮੇਰੀ ਮੈਡਮ ਇੱਕ ਸਹੇਲੀ ਹੈ। ਮੈਂ ਆਖਿਆ, ਤੂੰ ਵਿਭਾਗ ਦੀ ਕਦੇ ਵਿਦਿਆਰਥੀ ਨਹੀਂ ਰਹੀ ਅਤੇ ਮੈਡਮ ਕਦੇ ਦਫ਼ਤਰ ਦੀ ਕਰਮਚਾਰੀ ਨਹੀਂ ਰਹੀ, ਫਿਰ ਉਹ ਤੇਰੀ ਸਹੇਲੀ ਕਿਵੇਂ ਹੋਈ? ਉਸਨੇ ਆਖਿਆ ਕਿ ਸਾਡਾ ਮੇਲਿਆਂ ਵਿੱਚ ਮੇਲ ਹੋਇਆ ਅਤੇ ਸਹੇਲਪੁਣਾ ਪੈ ਗਿਆ। ਅਸਲ ਵਿੱਚ ਉਹਨਾਂ ਦਿਨਾਂ ਵਿੱਚ ਯੂਨੀਵਰਸਿਟੀ ਵਿੱਚ ਬਹੁਤ ਪ੍ਰੋਗਰਾਮ ਹੁੰਦੇ ਸੀ। ਚਰਨਜੀਤ ਨਾਟਕ ਵੇਖਣ ਦੀ ਚੇਟਕ ਰੱਖਦੀ ਸੀ। ਮੈਡਮ ਹਰ ਗੀਤ ਸੰਗੀਤ ਨਾਚ ਗਾਣਿਆਂ ਵਿੱਚ ਅੱਗੇ ਹੋ ਕੇ ਬੈਠੇ ਹੁੰਦੇ। ਇੱਕ ਹਾਲ ਫੁੱਲ ਪ੍ਰੋਗਰਾਮ ਵਿੱਚ ਚਰਨਜੀਤ ਮੈਡਮ ਨਾਲ ਘੁਸੜਦਿਆਂ ਬੋਲੀ, ਸਹੇਲੀ ਮਾੜਾ ਜਿਹਾ ਪਾਸਾ ਹੀ ਮਾਰ ਲੈ, ਇੱਥੋਂ ਹੀ ਦੋਵਾਂ ਦਾ ਸਹੇਲਪੁਣਾ ਪੈ ਗਿਆ। ਮੈਡਮ ਬਰਾੜ ਰੂਲਾਂ ਅਸੂਲਾਂ ਦੀ ਥਾਂ ਰੂਹਾਂ ਦੀਆਂ ਗੱਲਾਂ ਸੁਣਦੇ ਸਨ, ਦਿਲ ਦੀ ਮੰਨਦੇ ਸਨ। ਵੈਸੇ ਉਹਨਾਂ ਨੂੰ ਬਹੁਤ ਨਿਯਮਾਂ ਦਾ ਪਤਾ ਹੀ ਨਹੀਂ ਸੀ ਅਤੇ ਉਹ ਪਤਾ ਕਰਨਾ ਵੀ ਨਹੀਂ ਸੀ ਚਾਹੁੰਦੇ। ਉਹਨਾਂ ਦੇ ਬੜੇ ਜੱਟ ਕੇ ਤਰਕ ਸਨ, ਜਦੋਂ ਆਪਾਂ ਕਿਸੇ ਦਾ ਮਾੜਾ ਨਹੀਂ ਕਰਦੇ ਤਾਂ ਆਪਣਾ ਮਾੜਾ ਕੋਈ ਕਿਉਂ ਕਰੂ? ਇਹ ਹਿਸਾਬ ਕਿਤਾਬ ਮੇਰੇ ਵੱਸ ਦਾ ਨਹੀਂ, ਨਾ ਕੀਤਾ ਨਾ ਕਰਨਾ। ਉਹਨਾਂ ਦਾ ਜੱਟ ਸੌਦਾ ਘੱਟੋ ਘੱਟ ਉਹਨਾਂ ਨਾਲ ਖਰਾ ਉਤਰਦਾ ਰਿਹਾ। ਉਸ ਸਮੇਂ ਯੂਨੀਵਰਸਿਟੀ ਵਿੱਚ ਜਮ੍ਹਾਂ ਹੋਣ ਵਾਲਾ ਫਾਰਮ ਕਿਸੇ ਅਧਿਆਪਕ ਤੋਂ ਟੈਸਟ ਕਰਾਉਣਾ ਪੈਂਦਾ ਸੀ। ਮੈਡਮ ਬਿਨਾਂ ਦੇਖੇ ਬਿਨਾਂ ਪੜ੍ਹੇ ਸਾਰੀ ਦਿਹਾੜੀ ਹਰ ਇੱਕ ਦਾ ਫਾਰਮ ਟੈਸਟ ਕਰਦੇ ਰਹਿੰਦੇ। ਇਸ ਗੱਲ ਦੀ ਦੂਜੇ ਵਿਭਾਗਾਂ 'ਚ ਤਾਂ ਕੀ, ਯੂਨੀਵਰਸਿਟੀ ਤੋਂ ਬਾਹਰ ਵੀ ਬੜੀ ਮਸ਼ਹੂਰੀ ਸੀ ਕਿ ਜਿਸ ਦਾ ਫਾਰਮ ਕੋਈ ਨਹੀਂ ਟੈਸਟ ਕਰਦਾ ਉਹ ਮੈਡਮ ਬਰਾੜ ਤੋਂ ਕਰਾ ਲਿਓ। ਖਾੜਕੂਵਾਦ ਦਾ ਜ਼ਮਾਨਾ ਸੀ,
ਬੜੇ ਗਲਤ ਮਲਤ ਕੰਮ ਵੀ ਹੁੰਦੇ ਸੀ। ਅਧਿਆਪਕ ਬਹੁਤ ਡਰਦੇ ਸਨ ਪਰ ਮੈਡਮ ਧੜਾਧੜ ਸਾਈਨ ਕਰੀ ਜਾਂਦੇ ਸਨ। ਇੱਕ ਵਾਰ ਪ੍ਰੀਖਿਆ ਸ਼ਾਖਾ ਵੱਲੋਂ ਗਲਤ ਅਟੈਸਟੇਸ਼ਨ ਫੜੀ ਗਈ ਪਰ ਇਹ ਮੈਡਮ ਬਰਾੜ ਦੀ ਨਹੀਂ ਸਗੋਂ ਸਭ ਤੋਂ ਵੱਧ ਅਸੂਲੀ ਬੰਦੇ ਸੋਚ ਸੋਚ ਕੇ ਪੈੱਨ ਕੱਢਣ ਵਾਲੇ ਗੁਰਭਗਤ ਸਿੰਘ ਦੀ ਕੀਤੀ ਹੋਈ ਸੀ। ਇੱਕ ਵਾਰ ਅਸੀਂ ਮੈਡੀਕਲ ਦੀ ਦਾਖਲਾ ਪ੍ਰੀਖਿਆ ਲੈਣ ਲਈ ਬਠਿੰਡੇ ਵੱਲ ਗਏ। ਉਸ ਸਮੇਂ ਅਜੇ ਮੈਡੀਕਲ ਯੂਨੀਵਰਸਿਟੀ ਨਹੀਂ ਸੀ ਬਣੀ। PMT ਦੇ ਮੁਕਾਬਲੇ ਦਾ ਇਮਤਿਹਾਨ ਸੀ, ਬੜੀ ਸਖਤਾਈ ਸੀ। ਨਵੀਂ ਨਵੀਂ OMR ਸ਼ੀਟ ਦੇ ਪੇਪਰ ਹੋਣੇ ਸ਼ੁਰੂ ਹੋਏ ਸਨ, ਓਬਜੈਕਟਿਵ ਟਾਈਪ ਪੇਪਰ ਲੈਣੇ ਸਨ, ਕਈ ਕਿਸਮ ਦੇ ਫਾਰਮ ਸਨ, ਕਈ ਥਾਵਾਂ 'ਤੇ ਸਾਈਨ ਹੋਣੇ ਸਨ, ਕੋਈ ਕੁਝ ਦੇਖਣਾ ਪਰਖਣਾ ਸੀ। ਸ਼ੀਟਾਂ ਦੀ ਪੈਕਿੰਗ ਲਈ ਵਿਸ਼ੇਸ਼ ਡੱਬਾ ਸੀ, ਪ੍ਰਸ਼ਨ ਪੱਤਰ ਵੀ ਵਾਪਸ ਲੈ ਕੇ ਆਉਣੇ ਸਨ। ਸਾਡੀ ਡਿਊਟੀ ਬਠਿੰਡੇ ਵੱਲ ਸੀ। ਅਸੀਂ ਸੈਂਟਰ 'ਤੇ ਜਾ ਕੇ ਪੇਪਰ ਖੋਲ੍ਹਿਆ, ਕਰਵਾ ਲਿਆ, ਆਪਣੀ ਸਮਝ ਅਨੁਸਾਰ ਪੈਕ ਵੀ ਕਰ ਦਿੱਤਾ ਪਰ ਕੁਝ ਕਾਗਜ਼ਾਂ ਦੀ ਸਮਝ ਨਾ ਆਵੇ ਵੀ ਕੀ ਕਰਨਾ ਹੈ। ਮੈਡਮ ਨੇ ਸੁਪਰਡੈਂਟ ਦੀ ਹੈਸੀਅਤ ਵਿੱਚ ਹੁਕਮ ਦਿੱਤਾ ਕਿ ਹਿਸਾਬ ਕਿਤਾਬ ਛੱਡੋ, ਸਭ ਕੁਝ ਇੱਕ ਵੱਡੀ ਬੋਰੀ ਵਿੱਚ ਬੰਦ ਕਰੋ, ਚਲੋ ਚੱਲੀਏ ਪਟਿਆਲੇ ਨੂੰ, ਹਨੇਰਾ ਹੋਈ ਜਾਂਦਾ। ਡਰਦੇ ਡਰਦੇ ਕਲਰਕ ਨੇ ਹੁਕਮ ਦੀ ਤਾਮੀਲ ਕੀਤੀ ਪਰ ਆਪਣੇ ਵੱਲੋਂ ਇਤਿਹਾਦ ਵਜੋਂ ਬੋਰੀ ਦੇ ਮੂੰਹ 'ਤੇ ਲਾਕ ਨਾਲ ਸੀਲ ਲਗਾ ਦਿੱਤੀ। ਹਨੇਰੇ ਹੋਏ ਯੂਨੀਵਰਸਿਟੀ ਪਹੁੰਚੇ, ਅੱਗੇ ਪੇਪਰ ਜਮ੍ਹਾਂ ਕਰਾਉਣ ਵਾਲੇ ਪ੍ਰੋਫੈਸਰਾਂ ਦੀ ਲਾਈਨ ਲੱਗੀ ਹੋਈ ਸੀ। ਮੈਡਮ ਖਿੱਚ ਗਏ, ਉਹਨਾਂ ਕਲਰਕ ਨੂੰ ਜਮ੍ਹਾਂ ਕਾਊਂਟਰ ਦੇ ਪਿੱਛੇ ਬੋਰੀ ਸੁੱਟਣ ਨੂੰ ਕਿਹਾ ਅਤੇ ਤੁਰਦੇ ਬਣੇ, ਨਾ ਕੋਈ ਰਸੀਦ ਨਾ ਕੋਈ ਰਿਸੀਵਿੰਗ। ਅਗਲੇ ਦਿਨ ਦੁਪਹਿਰੇ ਦਾਖਲਾ ਸੈੱਲ ਦਾ ਕਲਰਕ ਲੱਭਦਾ ਫਿਰੇ ਕਿ ਸਭ ਕੁਝ ਪੂਰਾ ਹੈ, ਬਸ ਮੈਡਮ ਇੱਕ ਦੋ ਕਾਗਜ਼ਾਂ 'ਤੇ ਸਾਈਨ ਕਰ ਦੇਣ। ਅਜਿਹੇ ਦਬੰਗ ਸਨ ਮੈਡਮ। ਇਹ ਤਾਂ ਛੋਟੀ ਗੱਲ ਹੈ ਕਿ ਉਹ ਡਰਦੇ ਨਹੀਂ ਸੀ, ਰੂਪੋਸ਼ ਖਾੜਕੂਆਂ ਨੂੰ ਪਨਾਹ ਵੀ ਦੇ ਦਿੰਦੇ ਸਨ, ਇੱਧਰ ਉੱਧਰ ਵੀ ਕਰ ਦਿੰਦੇ ਸਨ। ਉਹਨਾਂ ਦਾ ਤਰਕ ਸੀ ਕਿ ਮੁੰਡੇ ਤਾਂ ਬੇਕਸੂਰ ਹਨ, ਪੁਲਿਸ ਹੀ ਪੈਸੇ ਬਣਾਉਣ ਲਈ ਹਰਲ ਹਰਲ ਤੁਰੀ ਫਿਰਦੀ ਹੈ, ਪੁਲਿਸ ਹਰ ਮੁੱਛ ਫੁੱਟ ਪੱਗ ਵਾਲੇ ਗੱਭਰੂ ਨੂੰ ਕੁੱਟ ਧਰਦੀ ਹੈ, ਕਈ ਡਰਦੇ ਹੀ ਉਹਨਾਂ ਨਾਲ ਰਲ ਜਾਂਦੇ ਨੇ। ਮੈਨੂੰ ਕਿਸੇ ਦੀ ਜਾਨ ਬਚਾ ਕੇ ਸਕੂਨ ਮਿਲਦਾ ਹੈ। ਖੈਰ ਮੈਂ ਉਹਨਾਂ ਨਾਲ ਸਹਿਮਤ ਨਾ ਹੁੰਦਾ ਪਰ ਉਹ ਸਿੱਖ ਖਾੜਕੂ ਲਹਿਰ ਨਾਲ ਹਮਦਰਦੀ ਰੱਖਦੇ ਸਨ, ਇਸ ਨੂੰ ਵਿਚਾਰਧਾਰਕ ਮੁੱਦਾ ਨਾ ਬਣਾਉਂਦੇ, ਕੇਵਲ ਜਜ਼ਬਾਤੀ ਪੱਧਰ 'ਤੇ ਉਹਨਾਂ ਬਾਰੇ ਗੱਲਾਂ ਕਰਦੇ। ਤੈਨੂੰ ਪਤਾ ਫਲਾਨਾ ਮਾਰਿਆ ਗਿਆ, ਇਕੱਲਾ ਇਕੱਲਾ ਮੁੰਡਾ ਸੀ, ਘਰੋਂ ਚੱਕ ਕੇ ਮਾਰਤਾ। ਤੈਨੂੰ ਪਤਾ ਢਿਮਕਾ ਇਹਨਾਂ ਨਾਲ ਕਿਉਂ ਰਲਿਆ ਫਿਰਦਾ, ਪੁਲਿਸ ਵਾਲੇ ਤੰਗ ਕਰਦੇ ਸੀ। ਅਸਲ ਵਿੱਚ ਉਹਨਾਂ ਨੂੰ ਸਿਆਸਤ ਦੀ ਕੋਈ ਬਹੁਤੀ ਸਮਝ ਨਹੀਂ ਸੀ, ਉਹ ਉਸ ਵੇਲੇ ਦੇ ਜਜ਼ਬਾਤੀ ਵਹਾਅ ਵਿੱਚ ਵਹਿ ਰਹੇ ਸੀ। ਮੈਡਮ ਬਰਾੜ ਦਾ ਇੱਕ ਸ਼ੌਂਕ ਵਿਦਿਆਰਥੀਆਂ ਨੂੰ ਟੂਰ ਲਿਜਾਣ ਦਾ ਸੀ, ਉਹ ਹਰ ਸਾਲ ਵਿਦਿਆਰਥੀਆਂ ਦਾ ਟੂਰ ਲੈ ਕੇ ਜਾਂਦੇ, ਕਈ ਵਾਰ ਤਾਂ ਸਾਲ 'ਚ ਦੋ ਵਾਰੀ ਵੀ ਲੈ ਜਾਂਦੇ। ਬੱਚਿਆਂ ਨਾਲ ਬੱਚੇ ਹੋ ਜਾਂਦੇ, ਵਿੱਚ ਬਹਿ ਕੇ ਟੱਪੇ ਗਾਉਂਦੇ, ਬੋਲੀਆਂ ਪਾਉਂਦੇ, ਨੱਚਦਿਆਂ ਨੂੰ ਵੇਂਹਦੇ, ਇੱਕ ਧਿਰ ਦੀ ਅਗਵਾਈ ਕਰਨ ਲੱਗ ਜਾਂਦੇ, ਅਕਸਰ ਮੁੰਡਿਆਂ ਵਾਲੇ ਪਾਸੇ ਹੋ ਜਾਂਦੇ ਸੀ। ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਉਹਨਾਂ ਬੱਚਿਆਂ ਨੂੰ ਟੂਰ 'ਤੇ ਲਿਜਾ ਕੇ ਹੁੰਦੀ ਸੀ ਜਿਨ੍ਹਾਂ ਨੇ ਕਦੇ ਕੁਝ ਨਾ ਵੇਖਿਆ ਹੁੰਦਾ। ਉਹ ਅਕਸਰ ਬਹੁਤ ਕਿਫਾਇਤੀ ਟੂਰ ਲਗਾਉਂਦੇ ਸਨ, ਅਕਸਰ ਰਾਤਾਂ ਗੁਰਦੁਆਰਾ ਸਾਹਿਬ ਵਿੱਚ ਕਟਾਉਂਦੇ, ਉੱਥੇ ਹੀ ਲੰਗਰ ਛਕਾਉਂਦੇ, ਗਰੀਬ ਵਿਦਿਆਰਥੀਆਂ ਦਾ ਖਰਚ ਵੀ ਸਾਂਝੇ ਖਰਚੇ ਵਿੱਚੋਂ ਭਰ ਦਿੰਦੇ। ਜਦੋਂ ਵਿਦਿਆਰਥੀ ਨਵੀਆਂ ਥਾਵਾਂ ਦੇਖ ਕੇ ਹੈਰਾਨ ਹੁੰਦੇ ਤਾਂ ਉਹ ਵਿਦਿਆਰਥੀਆਂ ਨੂੰ ਦੇਖ ਦੇਖ ਹੈਰਾਨ ਹੁੰਦੇ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੀ ਵਾਰ ਪਹਾੜ ਦੇਖਿਆ ਹੁੰਦਾ ਉਹ ਕਿਲਕਾਰੀਆਂ ਮਾਰ ਕੇ ਹੈਰਾਨ ਹੁੰਦੇ, ਉਹ ਉਹਨਾਂ ਦੀਆਂ ਭੋਲੀਆਂ ਭਾਲੀਆਂ ਗੱਲਾਂ ਨੂੰ ਸੁਣ ਕੇ ਆਨੰਦਿਤ ਹੁੰਦੇ, ਉਹਨਾਂ ਦੀ ਖੁਸ਼ੀ ਵਿੱਚ ਖੁਸ਼ ਹੁੰਦੇ। ਅਸਲ ਵਿੱਚ ਉਹਨਾਂ ਦੀ ਆਪਣੀ ਜ਼ਿੰਦਗੀ ਇੰਨੀ ਸੌਖੀ ਜਾਂ ਖੁਸ਼ਨੁਮਾ ਨਹੀਂ ਸੀ। ਉਹਨਾਂ ਦੇ ਹੱਸਦੇ ਚਿਹਰੇ 'ਤੇ ਅਤੇ ਹਰ ਇੱਕ ਗੱਲ ਨੂੰ ਠੱਠੇ ਨਾਲ ਉਡਾ ਦੇਣ ਪਿੱਛੇ ਡੂੰਘਾ ਦਰਦ ਸਮੋਇਆ ਹੋਇਆ ਸੀ। ਜਵਾਨ ਉਮਰੇ ਵਿਧਵਾ ਹੋ ਕੇ ਜੱਤ ਸਾਥ ਕਾਇਮ ਰੱਖਦਿਆਂ
ਦੋ ਬੱਚੇ ਦੇਵਦੀਪ ਅਤੇ ਸਵੈਦੀਪ ਨੂੰ ਪਾਲਣਾ ਸੌਖਾ ਕੰਮ ਨਹੀਂ ਸੀ। ਪ੍ਰੋਫੈਸਰ ਹਰਬੰਸ ਸਿੰਘ ਬਰਾੜ ਵਰਗੇ ਸੰਵੇਦਨਸ਼ੀਲ ਜ਼ਿਹੀਨ ਇਨਸਾਨ ਦਾ ਅਚਾਨਕ ਸਾਥ ਛੱਡ ਜਾਣ ਦਾ ਵਗੋਚਾ ਕੋਈ ਛੋਟਾ ਨਹੀਂ ਸੀ। ਉਹਨਾਂ ਨੇ ਡਾਕਟਰ ਬਰਾੜ ਦੀ ਯਾਦ ਨੂੰ ਕਿਤੇ ਅੰਦਰ ਸਮੋ ਲਿਆ। ਹਰ ਸਾਲ ਉਹਨਾਂ ਦੀ ਯਾਦ ਵਿੱਚ ਪਾਠ ਰਖਵਾਉਂਦੇ, ਪਰ ਹਰ ਵੇਲੇ ਹਰ ਕੋਲ ਦੁੱਖ ਨਾ ਫੋਲਦੇ, ਸਗੋਂ ਅੰਦਰ ਹੀ ਜੀਰਦੇ। ਉਹਨਾਂ ਨੇ ਬੜੀ ਸੁਗੜਤਾ ਨਾਲ ਬੱਚੇ ਪਾਲੇ, ਪੜ੍ਹਾਏ ਤੇ ਵਿਆਹੇ। ਹੁਣ ਸੁੱਖ ਨਾਲ ਦਾਦੀ ਨਾਨੀ ਹੈ, ਪਰ ਇਸ ਪਿੱਛੇ ਇੱਕ ਸਿਰੜ ਕਹਾਣੀ ਹੈ। ਬੇਟੀ ਇੰਗਲੈਂਡ ਵੱਸਦੀ ਹੈ ਤੇ ਦੋਹਤਾ ਡਾਕਟਰ ਹੈ, ਬੇਟਾ ਕੈਲਗਰੀ ਹੈ ਅਤੇ ਮੈਡਮ ਉੱਥੇ ਪੋਤਿਆਂ ਨਾਲ ਖੇਡਦੇ ਹਨ। ਉੱਥੇ ਵੀ ਉਹਨਾਂ ਨੇ ਰੁਝੇਵਾਂ ਲੱਭ ਲਿਆ ਹੈ, ਪਰ ਉੱਥੇ ਉਹ ਕੰਮ ਨਹੀਂ ਕਰਦੇ। ਉਹਨਾਂ ਨੂੰ ਕੈਨੇਡਾ ਸਰਕਾਰ ਦੀ ਸਿਕਿਉਰਿਟੀ ਵਾਲੀ ਪੈਨਸ਼ਨ ਵੀ ਨਹੀਂ ਮਿਲਦੀ, ਕਿਉਂਕਿ ਉਹਨਾਂ ਨੂੰ ਦੇਸ਼ ਵਿਚਲੀ ਪ੍ਰੋਫੈਸਰ ਦੀ ਪੈਨਸ਼ਨ ਮਿਲਦੀ ਹੈ। ਪਰ ਉਹ ਉੱਥੇ ਸੋਸ਼ਲ ਵਰਕ ਕਰਦੇ ਹਨ, ਇੱਥੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਤੇ ਕਮਾਉਂਦੇ, ਪਰ ਉੱਥੇ ਉਹ ਪੋਤਿਆਂ ਨੂੰ ਖਟਾਉਂਦੇ ਤੇ ਔਰਤਾਂ ਨੂੰ ਘੁਮਾਉਂਦੇ ਹਨ। ਉਹ ਔਰਤਾਂ ਜਿਨ੍ਹਾਂ ਕੈਨੇਡੇ ਜਾ ਕੇ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਦਾ ਸਫ਼ਰ ਕੀਤਾ ਹੈ, ਪਰ ਹੋਰ ਕੁਝ ਨਹੀਂ ਕੀਤਾ। ਪੰਜਾਬੋਂ ਵਿਦੇਸ਼ ਗਈਆਂ, ਇੱਥੇ ਕਦੇ ਪੇਕਿਓਂ ਪਰੇ ਨਹੀਂ ਗਈਆਂ, ਉੱਥੇ ਗੁਰਦੁਆਰਿਓਂ ਪਰੇ ਨਹੀਂ ਗਈਆਂ। ਉਹਨਾਂ ਨੂੰ ਬੀਚਾਂ, ਪਹਾੜਾਂ ਤੇ ਮਾਲਾਂ ਦੇ ਦਰਸ਼ਨ ਮੈਡਮ ਬਰਾੜ ਨੇ ਹੀ ਕਰਾਏ ਹੈ। ਮੈਨੂੰ ਪੂਰਨ ਯਕੀਨ ਹੈ ਕਿ ਉਹ ਖੁਦ ਨਜ਼ਾਰੇ ਨਹੀਂ ਦੇਖਦੇ ਹੋਣਗੇ, ਸਗੋਂ ਨਜ਼ਾਰੇ ਦੇਖਦੀਆਂ ਔਰਤਾਂ ਦੇ ਚਿਹਰੇ ਦੇਖਦੇ ਹੋਣਗੇ, ਜਿਵੇਂ ਇੱਥੇ ਵਿਦਿਆਰਥੀਆਂ ਦੇ ਚਿਹਰੇ ਵੇਖਦੇ ਹੁੰਦੇ ਸੀ। ਉਹ ਚੇਤਨ ਤੌਰ ਤੇ ਨਾ ਫਿਰਕੂ ਹੈ, ਨਾ ਜਾਤ ਪਾਤ ਵਿੱਚ ਵਿਸ਼ਵਾਸ ਰੱਖਦੀ ਹੈ। ਅਜਿਹਾ ਨਾ ਹੀ ਉਸਦੇ ਕਿਸੇ ਸਿਧਾਂਤ ਵਿੱਚ ਹੈ, ਨਾ ਹੀ ਵਿਸ਼ਵਾਸ ਵਿੱਚ, ਪਰ ਉਸਦਾ ਪਾਲਣ ਪੋਸ਼ਣ ਸਰਦਾਰਾਂ ਦੇ ਘਰ ਦਾ ਹੈ, ਜਿੱਥੇ ਜੱਟ ਸਿੱਖ ਖਾਸ ਕਰਕੇ ਸਰਦਾਰਾਂ ਦੀ ਹੈਂਕੜ ਵਾਧੂ ਸੀ। ਇਸ ਦਾ ਝਲਕਾਰਾ ਉਸਦੇ ਵਿਹਾਰ ਵਿੱਚੋਂ ਅਚਾਨਕ ਮਿਲ ਜਾਂਦਾ ਹੈ। ਉਹ ਜੱਟਾਂ ਦੇ ਮੁੰਡੇ ਕੁੜੀਆਂ ਨੂੰ ਵਿਸ਼ੇਸ਼ ਮੋਹ ਕਰਦੇ ਹਨ ਅਤੇ ਮੁੰਡਿਆਂ ਨਾਲ ਕੁਛ ਵਧੇਰੇ ਹੀ ਮੋਹ ਕਰਦੇ ਹਨ। ਤੂੜੀ ਦੀ ਪੰਡ ਦੇ ਬਹਾਦਰ ਸਿੰਘ ਵਾਂਗ ਜੱਟਾਂ ਦੀਆਂ ਕੁੜੀਆਂ ਨੂੰ ਬਚਾਉਂਦੇ ਰਹਿੰਦੇ ਹਨ, ਕਿਤੇ ਗੈਰ ਜੱਟਾਂ ਦੇ ਪਿਆਰ ਵਿੱਚ ਪੈ ਕੇ ਵਿਆਹ ਨਾ ਕਰਵਾ ਲੈਣ। ਉਹਨਾਂ ਦਾ ਤਰਕ ਹੁੰਦਾ, ਲੈ ਫਿਰ ਜੱਟਾਂ ਦੇ ਮੁੰਡੇ ਵਿਆਹ ਕਿੱਥੇ ਕਰਾਉਣਗੇ। ਇੰਜੀ ਇੱਕ ਸਮਾਣੇ ਵੱਲ ਦੀ ਹੁੰਦੜ ਹੇਲ ਜੱਟਾਂ ਦੀ ਜਾਪਦੀ ਕੁੜੀ ਨੂੰ ਦਲਤਾਂ ਦੇ ਮੁੰਡੇ ਨਾਲ ਬੈਠੇ ਦੇਖ ਲਿਆ। ਉਹਨਾਂ ਨੇ ਕੁੜੀ ਨੂੰ ਕਮਰੇ ਵਿੱਚ ਸੱਦ ਲਿਆ ਕਿ ਸਿਆਣੀ ਬਿਆਣੀ ਸੋਹਣੀ ਸੁਨੱਖੀ ਕੁੜੀ ਹੈ, ਇਹਨੂੰ ਦੁਨੀਆਦਾਰੀ ਦਾ ਨਹੀਂ ਪਤਾ। ਕਹਿੰਦੇ, ਜਿਸ ਮੁੰਡੇ ਨਾਲ ਤੂੰ ਬੈਠਦੀ ਹੈ, ਮੈਂ ਉਸਦਾ ਫਾਰਮ ਵੇਖਿਆ, ਉਹ ਤਾਂ ਐਸੀ ਹੈ। ਕੁੜੀ ਕਹਿੰਦੀ, ਮੈਡਮ ਮੈਂ ਤਾਂ ਆਪ ਐਸੀ ਹਾਂ। ਮੈਡਮ ਛਿੱਥੇ ਜੇ ਪੈ ਗਏ। ਕਹਿੰਦੇ, ਚੱਲ ਫਿਰ ਕੋਈ ਗੱਲ ਨਹੀਂ। ਕੁੜੀ ਗੁੱਸਾ ਅੰਦਰ ਦਬਾ ਕੇ ਚਲੀ ਗਈ। ਇਹ ਵੀ ਨਹੀਂ ਕਿ ਉਹ ਕੇਵਲ ਜੱਟਾਂ ਦਾ ਹੀ ਕਰਦੇ ਹਨ, ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਮਾਫ਼ ਕਰਾਉਂਦੇ, ਕੋਲੋਂ ਪੈਸੇ ਵੀ ਦੇ ਦਿੰਦੇ, ਗਰੀਬ ਕੁੜੀਆਂ ਦਾ ਵਿਆਹ ਵੀ ਕਰ ਦਿੰਦੇ। ਪਰ ਅਚਾਨਕ ਭੜਕ ਉੱਠਦੇ। ਇੱਕ ਵਾਰ ਇੱਕ ਦਲਿਤ ਮੁੰਡਾ ਮੈਡਮ ਦੇ ਨੇੜੇ ਹੋ ਗਿਆ, ਹਰ ਵੇਲੇ ਮੈਡਮ ਦੇ ਅੱਗੇ ਪਿੱਛੇ ਫਿਰਿਆ ਕਰੇ। ਇੱਕ ਦਿਨ ਉਸਨੇ ਮੈਡਮ ਦੇ ਘਰ ਖਾਣਾ ਖਾ ਕੇ ਜੂਠੇ ਭਾਂਡੇ ਮੈਡਮ ਵੱਲ ਸਰਕਾ ਦਿੱਤੇ। ਮੈਡਮ ਭੜਕ ਪਏ, ਮੈਂ ਸਰਦਾਰਾਂ ਦੀ ਧੀ ਜਿਸ ਨੇ ਕਦੇ ਆਪਣੇ ਭਾਂਡੇ ਨਹੀਂ ਮਾਂਜੇ, ਹੁਣ ਤੇਰੇ ਭਾਂਡੇ ਚੁੱਕਾਂ? ਚੱਲ ਉੱਠ, ਚੱਕ ਕੇ ਭਾਂਡੇ ਮਾਂਜ, ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ। ਮੁੰਡਾ ਪੱਤੇ ਤੋੜ ਹੋ ਗਿਆ। ਮੈਡਮ ਨੇ ਖੁਦ ਲੋਕਧਾਰਾ 'ਤੇ ਕੰਮ ਹੀ ਨਹੀਂ ਕੀਤਾ, ਸਗੋਂ ਖੁਦ ਚੱਲਦੀ ਫਿਰਦੀ ਲੋਕਧਾਰਾ ਨੇ। ਉਹਨਾਂ ਨੂੰ ਲੋਕ ਭਾਸ਼ਾ 'ਤੇ ਵਸੀਕਾਰ ਹੈ ਅਤੇ ਲੋਕ ਵਿਸ਼ਵਾਸ ਉਹਨਾਂ ਦੇ ਅੰਦਰ ਘਰ ਕਰੀ ਬੈਠੇ ਨੇ। ਸਿੱਧੀ ਸਾਦੀ ਪੰਜਾਬੀ, ਸਾਦੇ ਕੱਪੜੇ, ਮੇਕਅਪ ਤੋਂ ਬਗੈਰ ਦੇਸੀ ਦਿੱਖ, ਵੇਖਣ ਨੂੰ ਪੜ੍ਹੇ ਲਿਖੇ ਨਹੀਂ ਲੱਗਦੇ। ਇਸ ਗੱਲ ਦਾ ਉਹ ਵੀ ਖੂਬ ਆਨੰਦ ਲੈਂਦੇ ਨੇ। ਇੱਕ ਵਾਰ ਉਹ ਜਹਾਜ਼ ਚੜ੍ਹੇ ਅਤੇ ਆਪਣੇ ਵਰਗੀਆਂ ਨਾਲ ਦੇਸੀ ਭਾਸ਼ਾ ਵਿੱਚ ਜਕੜ ਮਾਰਨ ਲੱਗੇ। ਜਹਾਜ਼ੋਂ ਉਤਰਦੇ ਕਿਸੇ ਨੇ ਅੰਗਰੇਜ਼ੀ ਵਿੱਚ ਕੁਛ ਪੁੱਛਿਆ ਤਾਂ ਉਹਨਾਂ ਨੇ ਉੱਤਰ ਅੰਗਰੇਜ਼ੀ 'ਚ ਦਿੱਤਾ। ਉਸਦੀ ਅੰਗਰੇਜ਼ੀ ਸੁਣ ਕੇ
ਪੇਂਡੂ ਬੁੜੀ ਕਹਿਣ ਲੱਗੀ, ਭਾਈ ਕਿਸੇ ਕਿਸੇ ਨੂੰ ਤਾਂ ਕੈਨੇਡਾ ਵਰ ਦੇ ਜਾਂਦੀ ਹੈ, ਲੈ ਤਾਂ ਆਉਂਦੇ ਅੰਗਰੇਜ਼ੀ ਬੋਲਣ ਲੱਗ ਗਈ। ਇੰਝ ਇੱਕ ਵਾਰ ਉਹ ਕੈਨੇਡੀਅਨ ਗੁਰਦੁਆਰੇ ਵਿੱਚ ਅਣਜਾਣ ਪੇਂਡੂ ਔਰਤਾਂ ਦੀਆਂ ਦੇਸੀ ਗੱਲਾਂ ਵਿੱਚ ਦਿਲਚਸਪੀ ਲੈਣ ਲੱਗੇ। ਸ਼ਾਇਦ ਉਹ ਕਿਸੇ ਕਹਾਣੀ ਦੀ ਤਲਾਸ਼ ਵਿੱਚ ਸਨ। ਇੱਕ ਨੇ ਦੇਸੀ ਦਿੱਖ ਜਾਣ ਕੇ, ਵਿਚਾਰੀ ਜਾਣ ਕੇ ਤਰਸ ਕੀਤਾ, ਭੈਣੇ ਨੂੰਹ ਕੋਲ ਆਈ ਹੈ ਕਿ ਧੀ ਕੋਲ? ਜੇ ਨੂੰਹ ਕੋਲ ਆਈ ਹੈ ਤਾਂ ਰੋਟੀ ਨਹੀਂ ਦਿੰਦੀ ਹੋਣੀ, ਸਾਡੇ ਨਾਲ ਕੰਮ 'ਤੇ ਚੱਲਿਆ ਕਰ, ਕੱਲ੍ਹ ਨੂੰ ਤੇਰੇ ਲਈ ਵੀ ਕੰਮ ਪੁੱਛ ਆਵਾਂਗਾ, ਫਿਰ ਤੇਰੀ ਵੀ ਘਰੇ ਪੁੱਛ ਹੋ ਜੂਗੀ। ਅਗਲੇ ਦਿਨ ਉਹ ਸੱਚੀ ਕੰਮ ਪੁੱਛ ਆਈਆਂ। ਜਦੋਂ ਮੈਡਮ ਨੂੰ ਕਹਿਣ ਲੱਗੀਆਂ ਕਿ ਕੱਲ੍ਹ ਨੂੰ ਸਾਡੇ ਨਾਲ ਕੰਮ 'ਤੇ ਚੱਲੀ, ਤਾਂ ਮੈਡਮ ਨੇ ਜਵਾਬ ਦੇ ਦਿੱਤਾ ਕਿ ਮੇਰੀ ਨੂੰਹ ਨਹੀਂ ਮੰਨਦੀ। ਉਹ ਹੈਰਾਨ ਪਰੇਸ਼ਾਨ ਹੋਈਆਂ। ਇੱਕ ਖੋਚਰੀ ਨੇ ਤਹਿਕੀਕਾਤ ਕਰਕੇ ਸਭ ਕੁਛ ਪਤਾ ਕਰ ਲਿਆ। ਸਭ ਨੂੰ ਦੱਸਣ ਲੱਗੀ, ਭਾਈ ਇਹ ਤਾਂ ਮੀਸ ਨਹੀਂ ਹੈ, ਆਪਾਂ ਨੂੰ ਚਾਰਦੀ ਹੈ, ਸੁਣਿਆ ਦੇਸ ਤਾਂ ਪ੍ਰੋਫੈਸਰ ਲੱਗੀ ਵੀ ਸੀ, ਇਹਨੂੰ ਕੰਮ ਕਰਨ ਦੀ ਕੀ ਲੋੜ ਹੈ, ਟਿਲਸਨ ਮਿਲਦੀ ਹੈ, ਜਾਏ ਵੱਡੀਓ, ਇਹਨੂੰ ਤਾਂ ਆਪਾਂ ਆਪਣੇ ਵਰਗੀ ਸਮਝਦੀਆਂ ਰਹੀਆਂ, ਇਹ ਤਾਂ ਪੂਰੀ ਮੇਮ ਨਿਕਲੀ। ਅੱਜ ਉਹ ਦੀਨ ਦੁਨੀਆ ਘੁੰਮੀ ਸਭ ਜਾਣਦੀ ਹੈ, ਸਵੈ ਵਿਸ਼ਵਾਸ ਨਾਲ ਭਰੀ ਹੋਈ ਦਿਖਾਈ ਦਿੰਦੀ ਹੈ। ਇਹ ਸਵੈ ਵਿਸ਼ਵਾਸ ਦਾ ਕਾਰਨ ਸਰਦਾਰਾਂ ਦੀ ਧੀ ਹੋਣਾ ਹੈ, ਪਰ ਇਸ ਦੇ ਨਾਲ ਹੀ ਬਚਪਨ ਤੋਂ ਪਿੱਛਾ ਕਰਦੀਆਂ ਮਨਾਹੀਆਂ ਅਤੇ ਡਰ ਵੀ ਹਨ। ਇਸ ਬਾਰੇ ਉਹ ਆਪ ਹੀ ਲਿਖਦੇ ਹਨ, ਹੋਰ ਸਰਦਾਰਾਂ ਦੀਆਂ ਧੀਆਂ ਵਾਂਗ ਇਹ ਤੈਅ ਸੀ ਕਿ ਸਰਦਾਰਾਂ ਦੀਆਂ ਧੀਆਂ ਕਿਸੇ ਖਾਸ ਕੰਮ ਬਿਨਾਂ ਦੇਹਲੀਓਂ ਬਾਹਰ ਪੈਰ ਨਹੀਂ ਧਰਦੀਆਂ, ਵਿਸ਼ੇਸ਼ਕਰ ਸੂਰਜ ਛਿਪਣ ਪਿੱਛੋਂ ਘਰੋਂ ਬਾਹਰ ਰਹਿਣ 'ਤੇ ਸਖ਼ਤ ਮਨਾਹੀ ਹੋਣ ਕਾਰਨ ਮੈਂ ਅੱਜ ਵੀ ਰਾਤ ਨੂੰ ਕਿਸੇ ਫੰਕਸ਼ਨ 'ਤੇ ਜਾ ਕੇ ਹਨੇਰੇ ਤੋਂ ਡਰਨ ਲੱਗਦੀ ਹਾਂ। ਜਿਉਂ ਜਿਉਂ ਰਾਤ ਉਤਰਦੀ ਹੈ, ਇੱਕ ਅਜੀਬ ਖੌਫ ਅੰਦਰ ਪਸਰਨ ਲੱਗਦਾ ਹੈ। ਘਰ ਦੀ ਚਾਰ ਦੀਵਾਰੀ ਵੱਲ ਵਾਪਸੀ ਦੀ ਕਾਹਲ ਮੇਰੇ ਅੰਦਰ ਸਰਕਣ ਲੱਗਦੀ ਹੈ। ਅੱਜ ਇਹ ਆਲਮ ਹੈ ਕਿ ਦੁਨੀਆਂ ਦੇ ਕਿੰਨੇ ਹੀ ਮੁਲਕਾਂ ਵਿੱਚ ਰਾਤ ਬਰਾਤੇ ਇਕੱਲਿਆਂ ਸਫ਼ਰ ਕਰਦਿਆਂ ਦੇਹਲੀਓਂ ਬਾਹਰ ਨਾ ਪੈਰ ਰੱਖਣ ਦੀ ਚੇਤਾਵਨੀ ਅੰਦਰ ਖਾਤੇ ਖੌਫ ਭਰਦੀ ਰਹਿੰਦੀ ਹੈ। ਕਈ ਵਾਰ ਸੋਚਦੀ ਹਾਂ, ਅਨੇਕਾਂ ਮੁਲਕ ਗਾ ਕੇ ਵੀ ਜੇ ਮੋਰਾਂ ਵਾਲੀ ਦੀਆਂ ਬੀਹਾਂ ਵਿੱਚੋਂ ਕਦੇ ਪੈਦਲ ਤੁਰਨਾ ਪਵੇ ਤਾਂ ਮੈਂ ਸ਼ਾਇਦ ਸੁਭਾਵਕ ਨਾ ਤੁਰ ਸਕਾਂ। ਉਹ ਪੂਰੇ ਮੋਹਵੰਤੇ ਹਨ, ਉਹਨਾਂ ਦਾ ਇੱਕ ਆਪਣਾ ਮੰਡਲ ਹੈ ਜਿਸ ਵਿੱਚ ਉਹ ਖੁਸ਼ ਰਹਿੰਦੇ ਹਨ। ਉਹਨਾਂ ਨੂੰ ਸੂਹਾਂ ਲੈਣ ਦੀ ਆਦਤ ਹੈ, ਆਲੇ ਦੁਆਲੇ ਕੀ ਹੋ ਰਿਹਾ ਉਹਨਾਂ ਨੂੰ ਫਿਕਰ ਰਹਿੰਦਾ ਹੈ। ਉਹਨਾਂ ਦੀ ਆਬਜ਼ਰਵੇਸ਼ਨ ਬੜੀ ਕਮਾਲ ਦੀ ਹੁੰਦੀ ਸੀ। ਦਾਖਲੇ ਵਾਲੇ ਦਿਨ ਉਹ ਦਾਖਲਾ ਕਮੇਟੀ ਵਿੱਚ ਬੈਠੇ ਟੇਵੇ ਲਾਉਂਦੇ ਰਹਿੰਦੇ, ਇਹ ਕੁੜੀ ਸੱਤਵੇਂ ਦਿਨ ਸਿਰੋਂ ਚੁੰਨੀ ਲਾ ਦੇਵੇਗੀ, ਉਹ ਕੁੜੀ ਮਹੀਨੇ ਬਾਅਦ ਜੀਨ ਪਾਊਗੀ, ਪਛਾਣੀ ਨਹੀਂ ਜਾਣੀ, ਆਹ ਝੱਥਰੇ ਸੀਰੀ ਜੀ ਵਾਲ ਸਟਰੇਟ ਕਰਾਊ, ਦੇਖ ਲਈ ਆ ਗਿਆਨੀ ਜਾਂ ਸਭ ਤੋਂ ਪਹਿਲਾਂ ਵਾਲ ਕਟਾਊ, ਆਹ ਜਿਹੋ ਜਿਹੀ ਆਈ ਆ ਉਹੋ ਜਿਹੀ ਜਾਊ, ਉਹ ਤਾਂ ਲਾਲ ਚੂੜਾ ਪਾ ਕੇ ਯੂਨੀਵਰਸਿਟੀ ਤੋਂ ਜਾਊ, ਆਖਰ ਉਵੇਂ ਹੀ ਹੁੰਦਾ। ਉਹਨਾਂ ਨੂੰ ਬੰਦੇ ਕੁ ਬੰਦੇ ਦੀ ਪਛਾਣ ਸੀ, ਉਹ ਵਿੱਚ ਵਿਚਾਲੇ ਦਾ ਰਿਸ਼ਤਾ ਘੱਟ ਹੀ ਰੱਖਦੇ ਸਨ, ਜਾਂ ਤਾਂ ਉਹਨਾਂ ਦੀ ਨਜ਼ਰ ਵਿੱਚ ਬੰਦਾ ਲੱਠਾ ਹੁੰਦਾ ਸੀ ਅਤੇ ਜਾਂ ਜਮਾਂ ਨਿਕੰਮਾ, ਜਿਸ ਲਈ ਉਹ ਦਫ਼ਾ ਕਰੋ ਵਰਗੇ ਸ਼ਬਦ ਵਰਤ ਕੇ ਉਹਨਾਂ ਨੂੰ ਸਵਾਦ ਆ ਜਾਂਦਾ। ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਨੌਕਰੀ ਮਿਲ ਗਈ ਸੀ, ਸਾਰਾ ਕੋਈ ਛੇਤੀ ਛੇਤੀ ਕਾਲੀ ਕਾਲੀ ਐਨ ਸੁਭਾਅ ਵਾਂਗ। 17 ਜਨਵਰੀ 1948 ਨੂੰ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਪੈਦਾ ਹੋਏ, ਓਲਡ ਪੁਲਿਸ ਲਾਈਨ ਪਟਿਆਲੇ ਪੜ੍ਹੇ, ਪਿਤਾ ਪ੍ਰਿੰਸੀਪਲ ਕਰਤਾਰ ਸਿੰਘ ਸ਼ੇਰਗਿੱਲ ਦੇ ਨਾਲ ਕੁਝ ਦੇਰ ਉਡਮੁਡ ਟਾਂਡਾ ਦੇ ਕਾਲਜ ਵਿੱਚ ਪੜ੍ਹੇ, ਫਿਰ ਮਹਿੰਦਰਾ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ 1970 ਵਿੱਚ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਉਸੇ ਸਮੇਂ ਖਾਲਸਾ ਕਾਲਜ ਪਟਿਆਲਾ ਵਿਖੇ ਨੌਕਰੀ ਲੱਗ ਗਈ। 12 ਜੂਨ 1970 ਨੂੰ ਥਾਂਦੇ ਵਾਲੇ ਦੇ ਹਰਬੰਸ ਸਿੰਘ ਬਰਾੜ, ਜੋ ਉਸ ਸਮੇਂ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੈਕਚਰਾਰ ਸਨ, ਨਾਲ ਵਿਆਹ ਹੋ ਗਿਆ।
1980 ਵਿੱਚ ਡਾਕਟਰ ਹਰਬੰਸ ਸਿੰਘ ਅਕਾਲ ਚਲਾਣਾ ਕਰ ਗਏ। ਜ਼ਿੰਦਗੀ ਦੇ ਉਹ ਹਾਦਸੇ ਪਿੱਛੋਂ ਗਹਿਣੇ ਅਤੇ ਮੇਕਅਪ ਕਰਨਾ ਛੱਡ ਦਿੱਤਾ। ਅਸੀਂ ਉਹਨਾਂ ਨੂੰ ਸਧਾਰਨ ਸਲਵਾਰ ਕਮੀਜ਼ ਤੇ ਦੁਪੱਟੇ ਵਿੱਚ ਹੀ ਵੇਖਿਆ ਹੈ, ਪਰ ਅੰਦਰੋਂ ਦਿਲ ਦੁਖੀ ਹੋਣ ਦੇ ਬਾਵਜੂਦ ਹਰ ਸਮੇਂ ਹੱਸਦੇ ਰਹਿੰਦੇ ਤੇ ਅੱਖਾਂ ਵਿੱਚ ਸ਼ਰਾਰਤ ਨੱਚਦੀ ਰਹਿੰਦੀ। ਬਹੁਤ ਹੀ ਅਣਜਕੇ, ਹਰ ਸਮੇਂ ਅੱਜ ਵੀ ਲੱਗੀ ਰਹਿੰਦੀ। ਲੰਮਾ ਸਮਾਂ ਬੈਠਣਾ ਔਖਾ ਲੱਗਦਾ, ਹਰ ਥਾਂ ਤੇ ਪਹਿਲਾਂ ਹੀ ਪਹੁੰਚ ਜਾਂਦੇ। ਕੋਈ ਟਾਈਮ ਦੀ ਪਾਬੰਦੀ ਨਹੀਂ, ਸਗੋਂ ਆਪਣੀ ਅੰਦਰਲੀ ਲੂਹਣ ਕਾਰਨ ਜਾ ਪਹੁੰਚਦੇ। ਇਸੇ ਤਰ੍ਹਾਂ ਵਾਪਸ ਭੱਜਣ ਲਈ ਵੀ ਕਾਹਲੇ ਹੁੰਦੇ। ਲੰਮਾ ਸਮਾਂ ਉਹ ਇੰਡੀਆ ਤੋਂ ਕੈਨੇਡਾ, ਕੈਨੇਡਾ ਤੋਂ ਇੰਡੀਆ ਭੱਜਦੇ ਰਹੇ। ਹੁਣ ਕੁਝ ਟਕਾ ਹੈ, ਪਰ ਅਜੇ ਕੀ, ਜਦੋਂ ਕਦੇ ਡਾਂ ਉੱਠਦਾ ਤਾਂ ਅਚਾਨਕ ਇੰਡੀਆ ਭੱਜ ਆਉਂਦੇ ਨੇ। ਮਾਰਚ 2023 ਵਿੱਚ ਵੀ ਅਚਾਨਕ ਆ ਗਏ ਤੇ ਆ ਕੇ ਫੋਨ ਕੀਤਾ। ਇਹ ਉਹਨਾਂ ਦਾ ਸਟਾਈਲ ਹੈ। ਉਹਨਾਂ ਨੂੰ ਰਿਟਾਇਰ ਹੋਇਆ 15 ਸਾਲ ਹੋ ਗਏ ਨੇ, ਪਰ ਉਹ ਅਜੇ ਵੀ ਵਿਭਾਗ ਵਿੱਚ ਹਾਕਣਾ ਆਉਂਦੇ ਜਾਂਦੇ ਨੇ, ਸਭ ਤੇ ਮੇਲ ਰੱਖਦੇ ਨੇ, ਛੋਟਿਆਂ ਨੂੰ ਝਿੜਕਦੇ ਨੇ। ਅਸਲ ਵਿੱਚ ਮੈਡਮ ਨੇ ਸਭ ਕੁਝ ਕਾਹਲੀ ਕਾਹਲੀ ਕੀਤਾ। 21-22 ਸਾਲ ਦੀ ਉਮਰ 'ਚ ਨੌਕਰੀ ਲੱਗੀ, ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ ਤੇ 30-31 ਸਾਲ ਦੀ ਉਮਰ ਵਿੱਚ ਜੀਵਨ ਸਾਥੀ ਵੀ ਵਿਛੜ ਗਿਆ। ਫਿਰ 1978 ਵਿੱਚ ਐਮਫਿਲ ਕੀਤੀ। ਐਮਫਿਲ ਦਾ ਪਹਿਲਾ ਬੈਚ ਸੀ ਕਲਾਸ ਫੈਲੋਸਨ, ਓਮ ਪ੍ਰਕਾਸ਼ ਗਾਸੋ, ਜਸਵੰਤ ਦੀਦ, ਸੁਰਜੀਤ ਭੱਟੀ, ਰਣਜੀਤ ਮਾਧਪੁਰੀ, ਮੱਖਣ ਸਿੰਘ, ਮਨਜੀਤ ਇੰਦਰਾ, ਸੰਦੀਪ ਚੌਹਾਨ, ਧਨਵੰਤ ਕੌਰ। 3 ਨਾਵਲ ਲਿਖੇ, ਸੱਭੇ ਸਾਗ ਕੁੜਾਵੇ, ਚੇਤਨ ਚੇਤੇ, ਅੰਗੂਠੇ ਦਾ ਨਿਸ਼ਾਨ। 9 ਕਹਾਣੀ ਸੰਗ੍ਰਹਿ ਲਿਖੇ, ਸਵੈ ਜੀਵਨੀ ਲਿਖੀ, ਵਾਰਤਕ ਟੁਕੜੀਆਂ ਲਿਖੀਆਂ। ਹੁਣ ਵੀ ਉਹ ਵੇਲਾ ਯਾਦ ਕਰਕੇ ਲਿਖਦੇ ਰਹਿੰਦੇ ਹਨ। ਉਹ ਬਹੁ ਵਧਾਈ ਲੇਖਕ ਹੈ ਜਿਸ ਨੇ ਵਾਰਤਕ, ਨਾਵਲ, ਕਹਾਣੀਆਂ, ਆਲੋਚਨਾ ਤੋਂ ਇਲਾਵਾ ਕਦੇ ਕਦੇ ਕਵਿਤਾ ਵੀ ਲਿਖੀ ਹੈ, ਪਰ ਗਲਪ ਤੇ ਵਾਰਤਕ ਉਹਨਾਂ ਦਾ ਮਨਪਸੰਦ ਖੇਤਰ ਹੈ। ਡਾਕਟਰ ਬਰਾੜ ਭਾਵੇਂ ਖੁਦ ਨਾਰੀ ਲੇਖਕਾ ਹੈ ਅਤੇ ਉਸਨੇ ਨਾਰੀਵਾਦ ਤੇ ਪੁਸਤਕ ਵੀ ਲਿਖੀ ਹੈ, ਪਰ ਉਹ ਨਾਰੀ ਪੱਖ ਵੱਲ ਕੋਈ ਉਲਾਰ ਨਹੀਂ, ਸਗੋਂ ਇਸਤਰੀ ਮਰਦ ਦੇ ਰਿਸ਼ਤੇ ਨੂੰ ਸਹਿਜ ਸਾਵਾਂ ਤੇ ਸੰਤੁਲਨ ਕਰਨ ਵੱਲ ਅਗਰਸਰ ਨੇ। ਭਾਵੇਂ ਚਾਹੇ ਅਣਚਾਹੇ ਉਹਨਾਂ ਦਾ ਪਾਸਕੂ ਮੁੰਡਿਆਂ ਵੱਲ ਗਿਰ ਜਾਂਦਾ ਹੈ। ਉਹ ਕਹਾਣੀ ਵਿੱਚ ਅਮ੍ਰਿਤਾ ਪ੍ਰੀਤਮ ਜਾਂ ਅਜੀਤ ਕੌਰ ਵਾਂਗ ਇਸਤਰੀ ਮਰਦ ਸੰਬੰਧਾਂ ਦੀ ਦਬੰਗ ਪੇਸ਼ਕਾਰੀ ਕਰਨ ਦੀ ਥਾਵੇਂ ਦਲੀਪ ਕੌਰ ਟਵਾਣਾ ਤੇ ਸੁਖਵੰਤ ਕੌਰ ਮਾਨ ਵਾਂਗ ਸੱਭਿਆਚਾਰਕ ਰਾਮਕਾਰ ਦੇ ਅੰਦਰ ਅੰਦਰ ਰਹਿ ਕੇ ਹੀ ਸੁਪਨਿਆਂ ਦੀ ਉਡਾਣ, ਉਮੰਗ ਤੇ ਤਿੜਕਣ ਦੇ ਦਰਦ ਨੂੰ ਪੇਸ਼ ਕਰਦੀ ਹੈ। ਉਸ ਦੀਆਂ ਕਹਾਣੀਆਂ ਵਿੱਚ ਕਾਮ ਵਿਹਾਰ ਨੂੰ ਚਟਕਾਰੇ ਲੈ ਕੇ ਬਿਆਨਣ ਦੀ ਥਾਂ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਅਨੁਸਾਰ ਹੀ ਇਸਤਰੀ ਮਰਦ ਦੇ ਕਾਮ ਸੰਬੰਧਾਂ ਦੀ, ਪਵਿੱਤਰ ਪੁਨੀਤ ਸੰਬੰਧਾਂ ਦੀ ਗੱਲ ਕੀਤੀ ਹੁੰਦੀ ਹੈ। ਪਹਿਲੀ ਪੀੜ੍ਹੀ ਵਿੱਚ ਇਹ ਰਿਸ਼ਤੇ ਹੱਦੋਂ ਵੱਧ ਆਦਰਸ਼ਾਂ ਨਾਲ ਭਰੇ ਹੁੰਦੇ ਸੀ, ਤਾਂ ਸਮਕਾਲੀ ਕਹਾਣੀਕਾਰਾਂ ਵਿੱਚ ਕਾਮ ਸੰਬੰਧ ਹੀ ਪ੍ਰਮੁੱਖਤਾ ਲੈ ਜਾਂਦੇ ਹਨ। ਅਜਿਹੇ ਸਮੇਂ ਬਲਵਿੰਦਰ ਕੌਰ ਬਰਾੜ ਨਵੀਂ ਪੀੜ੍ਹੀ ਵਿੱਚ ਵੀ ਪਵਿੱਤਰ ਰਿਸ਼ਤਿਆਂ ਦੀ ਮੌਜੂਦਗੀ ਦਿਖਾਉਂਦੀ ਹੈ। ਉਸ ਦੀਆਂ ਨਾਇਕਾਵਾਂ ਆਪਣੇ ਪੁਨੀਤ ਪਿਆਰ ਲਈ ਇੱਕ ਪਾਸੇ ਤਾਂ ਜਾਨ ਦੇਣ ਦਾ ਜੋਖਮ ਉਠਾ ਸਕਦੀਆਂ ਹਨ, ਪਰ ਉਨੀ ਹੀ ਸ਼ਿੱਦਤ ਨਾਲ ਮਾਪਿਆਂ ਦੀ ਪੱਗ ਦਾ ਖਿਆਲ ਰੱਖਦੀਆਂ ਹਨ, ਆਪਣੇ ਅਰਮਾਨਾਂ ਨੂੰ ਦਬਾ ਲੈਂਦੀਆਂ ਹਨ। ਉਸ ਦੀ ਗਲਪ ਦੇ ਨਾਇਕ ਸੱਤਾ ਨੂੰ ਟਿੱਚ ਜਾਣਦੇ ਹਨ, ਮੌਤ ਨੂੰ ਮਖੌਲਾਂ ਕਰਦੇ ਹਨ, ਪਰ ਰਿਸ਼ਤਿਆਂ ਦੀ ਪਕੀਜ਼ਗੀ ਨੂੰ ਜ਼ਿੰਦਗੀ ਦੀ ਇਮਾਨਤ ਸਮਝਦਿਆਂ ਮੋਹ ਦੀਆਂ ਤੰਦਾਂ ਅੱਗੇ ਸਭ ਕੁਝ ਢੇਰੀ ਕਰ ਦਿੰਦੇ ਹਨ। ਉਸ ਦਾ ਗਲਪ ਵਿਵੇਕ ਕਿਸੇ ਬਣੀ ਬਣਾਈ ਸਿੱਖ ਮਤ ਜਾਂ ਵਿਚਾਰਧਾਰਾ ਨਾਲ ਨਹੀਂ ਬੱਝਾ ਹੋਇਆ, ਸਗੋਂ ਲੋਕ ਧਰਾਈ ਸਿਆਣਪ ਨੂੰ ਵਰਤਦਾ ਹੈ। ਉਸ ਦੇ ਗਲਪ ਵਿੱਚ ਨਾਰੀ ਮਨ ਦੇ ਸੁਪਨਿਆਂ ਦੇ ਦਰਸ਼ਨ ਵੀ ਹੁੰਦੇ ਹਨ ਤੇ ਹਕੀਕਤਾਂ ਦਾ ਕਰੂਰ ਚਿੱਤਰ ਵੀ ਪੇਸ਼ ਹੋਇਆ ਹੈ। ਉਸ ਦੀ ਵਿਲੱਖਣਤਾ ਇਹ ਹੈ ਕਿ ਉਹ ਨਾ ਨਾਰੀ ਦਾ ਦੁਖਾਂਤ ਦਾ ਰੋਣਾ ਧੋਣਾ ਪੇਸ਼ ਕਰਕੇ ਤਰਸ ਮੰਗਦੀ ਹੈ,
ਨਾ ਹੀ ਮਾੜੇ ਵਿਹਾਰ ਨੂੰ ਜਾਇਜ਼ ਠਹਿਰਾਉਂਦੀ ਹੈ, ਸਗੋਂ ਹੋਣ ਦੀ ਪ੍ਰਮਾਣਿਕਤਾ ਤੇ ਜ਼ੋਰ ਦਿੰਦੀ ਹੈ। ਉਸ ਦੀਆਂ ਕਹਾਣੀਆਂ ਵਿੱਚ ਇੱਕ ਪਾਸੇ ਜ਼ਮੀਨਾਂ ਜਾਇਦਾਦਾਂ ਵਾਲੇ ਸਾਧਨ ਸੰਪੰਨ ਸਰਦਾਰ ਹਨ, ਦੂਜੇ ਪਾਸੇ ਜਾਇਦਾਦ ਤੋਂ ਸੱਖਣੇ ਸਾਧਨਹੀਨ ਕੰਮੀ ਘੱਟ ਜ਼ਮੀਨਾਂ ਵਾਲੇ ਹੱਥੀਂ ਕਿਰਤ ਕਰਨ ਵਾਲੇ ਜੱਟ ਕਿਸਾਨ ਵੀ ਨੇ। ਉਹ ਸਰਦਾਰਾਂ ਦੀ ਧੀ ਹੈ, ਪਰ ਉਸ ਦੀ ਹਮਦਰਦੀ ਸਾਧਨਹੀਨ ਪਾਤਰਾਂ ਨਾਲ ਰਹਿੰਦੀ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਸਰਦਾਰਾਂ ਦੀਆਂ ਕੁੜੀਆਂ ਦੀ ਸਥਿਤੀ ਵੀ ਜਗੀਰੋ ਦਮਨ ਕਾਰਨ ਦਲਤਾਂ ਵਾਲੀ ਹੀ ਹੁੰਦੀ ਹੈ। ਇਸੇ ਕਾਰਨ ਸਰਦਾਰਾਂ ਦੇ ਘਰਾਂ ਦੀਆਂ ਔਰਤ ਪਾਤਰ ਆਪਣੇ ਆਪ ਨੂੰ ਕਮੀਆਂ ਨਾਲ ਇੱਕ ਰੂਪ ਕਰ ਲੈਂਦੀਆਂ ਹਨ। ਉਸ ਦੀਆਂ ਅਜਿਹੀਆਂ ਕਹਾਣੀਆਂ ਦੇ ਬੀਜ ਬਚਪਨ ਵਿੱਚ ਪਏ ਹਨ। ਉਹ ਸਵੈ ਜੀਵਨੀ ਮੂਲਕ ਰਚਨਾ ਮਨ ਦਾ ਕੋਨਾ ਵਿੱਚ ਲਿਖਦੇ ਹਨ। ਸਰਦਾਰਾਂ ਦੀ ਧੀ ਹੋਣਾ ਲੋਕਾਂ ਭਾਣੇ ਮਾਣ ਵਾਲੀ ਗੱਲ ਹੋਵੇਗੀ, ਜਿੱਥੇ ਹਰ ਮਨ ਅਨੇਕਾਂ ਨਿਆਮਤਾਂ ਵਿੱਚ ਨਾਜ਼ ਨਖਰੇ ਨਾਲ ਪਾਲੇ ਜਾਣ ਵਾਲੇ ਖੁਸ਼ਗਵਾਰ ਮਾਹੌਲ ਦੇ ਰੰਗੀਨ ਸੁਪਨੇ ਸਜਾਉਂਦਾ ਹੈ, ਜਿੱਥੇ ਤੰਗੀਆਂ ਤੁਰਸ਼ੀਆਂ ਨਾਲ ਖਹਿ ਰਹੀ ਰੁਚੀ ਜ਼ਿੰਦਗੀ ਦੇ ਅਰਥ ਪਤਾ ਹੀ ਨਹੀਂ ਲੱਗਦੇ। ਜਿਨ੍ਹਾਂ ਦਾ ਇਹ ਹਾਸਲ ਨਹੀਂ, ਉਹਨਾਂ ਨੂੰ ਇਸ ਸਥਿਤੀ ਨੂੰ ਝੂਰਦੇ ਹੋਣਗੇ, ਜਿੱਥੇ ਕਿਤੇ ਵੀ ਥੋੜ੍ਹੇ ਹੋਣ ਦਾ ਝੋਰਾ ਕੋਲੋਂ ਨਹੀਂ ਲੰਘਦਾ। ਸਰਦਾਰਾਂ ਦੀਆਂ ਕੁਆਰੀਆਂ ਧੀਆਂ ਹੋਰਾਂ ਦੇ ਤਾਂ ਕੀ, ਆਪਣੇ ਵੀ ਜੂਠੇ ਭਾਂਡਿਆਂ ਨੂੰ ਹੱਥ ਨਹੀਂ ਲਾਉਂਦੀਆਂ। ਸੋ ਲਾਗੀ ਦੱਥੇ ਆਲੇ ਦੁਆਲੇ ਬੀਬਾ ਜੀ ਬੀਬਾ ਜੀ ਕਰਦੇ ਤੁਹਾਨੂੰ ਹੋਰਾਂ ਨਾਲੋਂ ਵੱਖਰਾ ਕਰ ਦਿੰਦੇ ਹਨ। ਇੱਥੋਂ ਤੱਕ ਕਿ ਨਹੁੰ ਲਾਉਣ ਲਈ ਵੀ ਸ਼ਨੀਵਾਰ ਨੂੰ ਹਰੇਕ ਨਾਈ ਆਪਣਾ ਨਹੇਰਨਾ ਲੈ ਕੇ ਆਉਂਦਾ, ਮੇਰੀ ਮੌਲਣ ਤੇ ਆਈ ਦੇਹ ਨੂੰ ਨਿੱਤ ਵਾਰ ਆਉਂਦਾ। ਹਰ ਵਾਰੀ ਜਦੋਂ ਛੁੱਟੀਆਂ ਵਿੱਚ ਪਿੰਡ ਜਾਂਦੀ, ਪਹਿਲਾਂ ਨਾਲੋਂ ਵੱਖਰੀ ਹੁੰਦੀ, ਵੱਡੀ ਹੁੰਦੀ, ਸੁਚੇਤ ਹੁੰਦੀ, ਭੋਲਾਪਣ ਨਿਰਸ਼ਲ ਹਾਸੇ ਮੇਰੇ ਹੱਥੋਂ ਤਿਲਕਣ ਲੱਗੇ। ਇੱਕ ਵਾਰ ਉਹ ਮੇਰੇ ਪੈਰਾਂ ਦੇ ਨਹੁੰ ਕੱਟ ਰਿਹਾ ਸੀ ਤਾਂ ਆਪਣੇ ਮੋਢਿਆਂ ਤੇ ਵੱਧਦੀ ਜ਼ਿੰਮੇਵਾਰੀ ਵਰਗੇ ਬੋਲਾਂ ਨਾਲ ਬੋਲਿਆ, ਬੀਬਾ ਜੀ ਤਾਂ ਹੁਣ ਵੱਡੇ ਹੋ ਗਏ ਨੇ, ਬਸ ਹੋਰ ਸਾਲ ਦੋ ਸਾਲ ਨੂੰ ਆਪਾਂ ਰਿਸ਼ਤਾ ਦੇਖਣ ਲੱਗੀਏ। ਹਰਨੇਕ ਦੇ ਇਹ ਬੋਲ ਮਾਂ ਜੀ ਨੂੰ ਤੇਲ ਦੇ ਤੜਕੇ ਵਾਂਗ ਲੱਗੇ। ਉਹਨਾਂ ਅਨੁਸਾਰ ਇਹ ਜਵਾਨ ਹੋ ਰਹੀ ਧੀ ਵੱਲ ਅੱਖ ਭਰ ਕੇ ਦੇਖਣ ਦੀ ਹਿੰਮਤ ਨੂੰ ਵੰਗਾਰ ਸੀ। ਮਾਂ ਜੀ ਕੜਕੇ, ਬਸ ਹਰਨੇਕ, ਅੱਜ ਤੋਂ ਬਾਅਦ ਤੂੰ ਕੁੜੀ ਦੇ ਨਹੁੰ ਨਹੀਂ ਲਾਉਣੇ, ਇਹ ਆਪੇ ਲਾਊਗੀ। ਹਰਨੇਕ ਡਰ ਗਿਆ, ਜਿਵੇਂ ਉਸਨੇ ਗੰਦੀ ਗਾਲ ਦੇ ਦਿੱਤੀ ਹੋਵੇ। ਉਹ ਨੀਵੀਂ ਪਾਈ ਬਿਨਾਂ ਕੁਝ ਕਹੇ ਘਰੋਂ ਬਾਹਰ ਤੁਰ ਗਿਆ। ਉਸ ਦਿਨ ਤੋਂ ਪਿੱਛੋਂ ਅੱਜ ਤਾਈਂ ਮੈਂ ਉਹ ਨਾਈ ਨਹੀਂ ਵੇਖਿਆ। ਉਸਦਾ ਇਉਂ ਨੀਵੀਂ ਪਾ ਕੇ ਤੁਰ ਜਾਣਾ ਮੇਰੇ ਬਚਪਨ ਦਾ ਤੁਰ ਜਾਣਾ ਹੀ ਕਿਹਾ ਜਾ ਸਕਦਾ ਹੈ, ਜੋ ਮੁੜ ਨਹੀਂ ਆਇਆ। ਇਹ ਬੜੀ ਅਜੀਬ ਗੁੰਝਲ ਹੈ, ਜਦ ਸਰਦਾਰਾਂ ਦੀਆਂ ਕੁੜੀਆਂ ਖੁਦ ਸਰਦਾਰਨੀਆਂ ਬਣ ਜਾਂਦੀਆਂ ਹਨ ਤਾਂ ਨਾ ਕੇਵਲ ਪਿਤਰੀ ਪ੍ਰਬੰਧ ਨੂੰ ਅਪਣਾ ਲੈਂਦੀਆਂ ਹਨ, ਸਗੋਂ ਕਮੀਆਂ ਪ੍ਰਤੀ ਵੀ ਕਠੋਰ ਹੋ ਜਾਂਦੀਆਂ ਹਨ। ਉਸ ਦੀਆਂ ਕਾਫੀ ਕਹਾਣੀਆਂ ਪੰਜਾਬ ਸੰਕਟ ਨਾਲ ਸੰਬੰਧਿਤ ਹਨ। ਬਲਵਿੰਦਰ ਕੌਰ ਬਰਾੜ ਦੀ ਹਮਦਰਦੀ ਖਾੜਕੂ ਧਿਰ ਨਾਲ ਸੀ, ਪਰ ਉਸਨੇ ਕਹਾਣੀਆਂ ਵਿੱਚ ਕਿਸੇ ਧਿਰ ਦਾ ਵਿਚਾਰਧਾਰਕ ਪੱਖ ਪੂਰਨ ਦੀ ਥਾਂ ਸਥਿਤੀ ਦੇ ਘਟਨਾਵੀ ਵਿਵੇਕ ਨੂੰ ਮਾਨਵੀ ਪੱਖ ਤੋਂ ਪੇਸ਼ ਕੀਤਾ ਹੈ। ਉਸ ਦੀਆਂ ਕਹਾਣੀਆਂ ਦੇ ਕੇਂਦਰ ਵਿੱਚ ਰਾਜਸੀ ਵਿਚਾਰਧਾਰਾ ਨਹੀਂ, ਸਗੋਂ ਮਾਰੇ ਗਏ ਪੁੱਤਾਂ ਦੀਆਂ ਮਾਵਾਂ ਦੇ ਵੈਣ, ਭੈਣਾਂ ਦੀਆਂ ਵਿਲਕਣੀਆਂ, ਪਤਨੀਆਂ ਦੀਆਂ ਤਾਹਾਂ ਤੇ ਧੀਆਂ ਦੀਆਂ ਭੁੱਬਾਂ ਹਨ। ਭਰਾਵਾਂ ਦੇ ਤੁਰ ਜਾਣ ਤੇ ਟੁੱਟਦੀਆਂ ਬਾਹਾਂ ਦਾ ਅਹਿਸਾਸ ਹੈ, ਪੁੱਤਰਾਂ ਦੇ ਮਾਰੇ ਜਾਣ ਤੇ ਪਿਓਵਾਂ ਵੱਲੋਂ ਆਰਥੀ ਨੂੰ ਦਿੱਤੇ ਮੋਢਿਆਂ ਦਾ ਦਰਦ ਹੈ। ਉਸ ਦੀਆਂ ਕਹਾਣੀਆਂ ਦਾ ਤਰਕ ਹੈ ਕਿ ਅੰਨੇ ਅਣ ਮਨੁੱਖੀ ਪੁਲਿਸ ਤਸ਼ੱਦਦ ਨੇ ਕਈ ਬੇਕਸੂਰੇ ਨੌਜਵਾਨਾਂ ਨੂੰ ਅੱਤਵਾਦ ਦੀ ਭੱਠੀ ਵਿੱਚ ਝੋਕ ਦਿੱਤਾ। ਘੱਟ ਜ਼ਮੀਨਾਂ ਵਾਲਿਆਂ ਲਈ ਜਦੋਂ ਸਾਰੇ ਰਸਤੇ ਬੰਦ ਹੋ ਗਏ ਤਾਂ ਉਹ ਮਰਨ ਮਾਰਨ ਦੀ ਖੇਡ ਤੇ ਉਤਰ ਪਏ। ਉਹਨਾਂ ਨੇ ਪਿਛਲੇਰੀਆਂ ਲਿਖਤਾਂ ਵਿੱਚ ਪ੍ਰਵਾਸੀਆਂ ਦੇ ਜੀਵਨ ਅਨੁਭਵ ਨੂੰ ਵੀ ਪੇਸ਼ ਕੀਤਾ ਹੈ, ਜਿਸ ਵਿੱਚ ਦੇਸ਼ ਦੀ ਗਰੀਬੀ ਦੇ ਮੁਕਾਬਲੇ ਵਿਦੇਸ਼ ਦੀ ਅਮੀਰੀ ਹਨਾਉਂਦੇ ਪੰਜਾਬੀਆਂ ਅੰਦਰ ਖਤਮ ਹੁੰਦੇ ਮੋਹ ਦੇ ਚਸ਼ਮੇ ਦੀ ਕਥਾ ਕਹੀ ਹੈ। ਉਸ ਦੀ ਅਸਲ ਸ਼ਕਤੀ ਭਾਸ਼ਾ ਪ੍ਰਯੋਗ ਹੈ, ਔਰਤ ਮਨ ਦੇ ਕੋਮਲ ਜਜ਼ਬਿਆਂ ਨੂੰ
ਉਸ ਨੇ ਪਹਿਲੀ ਵਾਰ ਮੋਹ ਭਰੀ ਮਲਵਈ ਭਾਸ਼ਾ ਵਿੱਚ ਵਰਤਿਆ ਹੈ। ਰਚਨਾ ਨੂੰ ਰਚਨਾਕਾਰ ਤੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਉਸ ਦੇ ਗਲਪ ਸੰਸਾਰ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਮੌਜੂਦ ਹਨ।